ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਸੀਨੀਅਰ ਸਿਟੀਜ਼ਨ ਆਇਡੈਂਟੀ ਕਾਰਡ ਕਿਵੇਂ ਬਣਵਾ ਸਕਦੇ ਹਾਂ। ਸੀਨੀਅਰ ਸਿਟੀਜ਼ਨ ਆਇਡੈਂਟੀ ਕਾਰਡ ਮਤਲਬ ਆਪਾਂ ਜੋ ਬੁਢਾਪਾ ਕਾਰਡ ਆਪਣਾ ਬਣਦਾ ਹੈ, ਜਿਸ ਥਰੂ ਆਪਾਂ ਰੇਲਵੇ ਜਾਂ ਆਪਾਂ ਰੇਲ ਦਾ ਸਫ਼ਰ ਕਰਦੇ ਹਾਂ ਜਾਂ ਬੱਸ, ਆਪਣੀ ਜੋ PRTC ਬੱਸਾਂ ਉਸ ਵਿੱਚ ਕਿਰਾਇਆ ਮਾਫ਼ ਹੋ ਜਾਂਦਾ ਜਾਂ ਅੱਧਾ ਕਿਰਾਇਆ ਲੱਗਦਾ ਹੈ ਇਸ ਕਾਰਡ ਥਰੂ। ਅਤੇ ਜੋ ਗਰੀਬ ਬਜ਼ੁਰਗ ਨੇ ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈ ਤਾਂ ਜੋ ਸਫ਼ਰ ਕਰਦੇ ਟਾਈਮ ਆਪਦਾ ਪੈਸੇ ਦੀ ਬੱਚਤ ਕਰ ਸਕੇ। ਤਾਂ ਦੋਸਤੋ ਆਪਾਂ ਨੋਰਮਲ ਜੀ ਗੱਲਾਂ ਤੁਹਾਨੂੰ ਦੱਸੂਗਾ ਕਿ ਤੁਸੀਂ ਔਨਲਾਈਨ ਅਤੇ ਔਫਲਾਈਨ ਇਹ ਕਿਵੇਂ ਅਪਲਾਈ ਕਰ ਸਕਦੇ ਹੋ ਕਾਰਡ ਲਈ। ਅਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਦੋਸਤੋ ਹੁਣ ਆਪਾਂ ਆਉਂਦੇ ਹਾਂ ਮੇਨ ਮੇਨ ਗੱਲ 'ਤੇ। ਤਾਂ ਦੋਸਤੋ ਜੋ ਜੋ ਮੈਂ ਪ੍ਰੋਸੈਸ ਆਪਣੇ ਕੰਪਿਊਟਰ 'ਤੇ ਕਰ ਰਿਹਾ ਉਹ ਸੇਮ ਪ੍ਰੋਸੈਸ ਤੁਸੀਂ ਆਪਣੇ ਮੋਬਾਈਲ ਵਿੱਚ ਜਾ ਕੇ, ਆਪਣੇ ਜੋ ਕ੍ਰੋਮ ਬਰਾਊਜ਼ਰ ਹੈ ਉਸ ਵਿੱਚ ਜਾ ਕੇ ਉਸ ਵਿੱਚ ਉਹ ਸੇਮ ਪ੍ਰੋਸੈਸ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਗੂਗਲ ਬਰਾਊਜ਼ਰ ਵਿੱਚ ਜਾਵਾਂਗੇ ਅਤੇ ਟਾਈਪ ਕਰਾਂਗੇ punjab.gov.in ਸੀਨੀਅਰ ਸਿਟੀਜ਼ਨ ਕਾਰਡ, ਜਿਵੇਂ ਮੈਂ ਇੱਥੇ ਟਾਈਪ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਸਰਚ ਕਰਨ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਦਾ ਪੇਜ ਸਾਹਮਣੇ ਆ ਜਾਂਦਾ ਹੈ। ਉਸ ਤੋਂ ਬਾਅਦ ਆਪਾਂ ਸੀਨੀਅਰ ਸਿਟੀਜ਼ਨ ਕਾਰਡ ਜੋ ਪਹਿਲਾ ਲਿੰਕ ਆਪਾਂ ਨੂੰ ਸ਼ੋ ਕਰਦਾ ਹੈ ਇਸ 'ਤੇ ਆਪਾਂ ਕਲਿੱਕ ਕਰ ਲਵਾਂਗੇ। ਅਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ। ਉਸ ਇਸ ਵਿੱਚ ਜੇ ਤੁਸੀਂ ਅਪਲਾਈ ਔਨਲਾਈਨ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਮੈਂ ਵੀਡੀਓ ਬਣਾ ਦੇਵਾਂਗਾ। ਜੇ ਤੁਸੀਂ ਕਮੈਂਟ ਕਰੋ ਤਾਂ ਮੈਂ ਔਨਲਾਈਨ ਅਪਲਾਈ ਕਿਵੇਂ ਕਰਨਾ ਇਸ ਦੀ ਵੀਡੀਓ ਬਣਾ ਦੇਵਾਂਗਾ। ਬਟ ਆਪਾਂ ਅੱਜ ਔਫਲਾਈਨ ਦੀ ਗੱਲ ਕਰਦੇ ਹਾਂ। ਅਤੇ ਜੋ ਆਪਸ਼ਨ ਦਿੱਤਾ ਹਾਊ ਟੂ ਅਪਲਾਈ, ਇਸ ਵਿੱਚ ਔਨਲਾਈਨ ਅਤੇ ਔਫਲਾਈਨ ਦੋਨੋਂ ਤਰੀਕੇ ਦੱਸੇ ਗਏ ਹਨ ਕਿ ਕਿਵੇਂ ਅਪਲਾਈ ਕਰਨਾ। ਜੇ ਤੁਸੀਂ ਚਾਹੋ ਤਾਂ ਅਸੀਂ ਪੜ੍ਹ ਸਕਦੇ ਹੋ, ਜੇ ਵੈਸੇ ਮੈਂ ਪੜ੍ਹ ਲਿਆ ਤਾਂ ਕਰਕੇ ਮੇਨ ਮੇਨ ਗੱਲ ਜੋ ਮੈਂ ਤੁਹਾਨੂੰ ਵੀਡੀਓ ਥਰੂ ਦੱਸ ਦਿੰਦਾ। ਇਸ ਤੋਂ ਬਾਅਦ ਆਪਾਂ ਚੈੱਕ ਕਰਦੇ ਹਾਂ ਕਿ ਕੀ ਡਾਕੂਮੈਂਟ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਇਹ ਕਾਰਡ ਬਣਵਾਉਣ ਵਾਸਤੇ। ਅਤੇ ਜੇ ਤੁਸੀਂ ਪਰਮਾਨੈਂਟ ਪੰਜਾਬ ਦੇ ਰੈਸੀਡੈਂਸੀ ਹੋ ਤਾਂ ਆਪਾਂ ਨੂੰ ਏਜ ਪਰੂਫ ਅਤੇ ਐਪਲੀਕੇਸ਼ਨ ਫੋਰਮ ਦੀ ਜ਼ਰੂਰਤ ਪਵੇਗੀ। ਅਤੇ ਜੇ ਸੋਰੀ ਜੇ ਨਹੀਂ ਹੋ ਤਾਂ ਆਪਾਂ ਨੂੰ ਇਹ ਦੋ ਜੋ ਆਪਸ਼ਨ ਹੈ ਇਹਨਾਂ ਦੀ ਜ਼ਰੂਰਤ ਪਵੇਗੀ। ਜੇ ਤੁਸੀਂ ਪਰਮਾਨੈਂਟ ਪੰਜਾਬ ਦੇ ਰੈਸੀਡੈਂਸੀ ਹੋ ਤਾਂ ਆਪਣੇ ਕੋਲ ਰਿਹਾਇਸ਼ ਦਾ ਸਬੂਤ ਹੋਣਾ ਚਾਹੀਦਾ ਹੈ, ਜਿਸ ਦੀ ਵੀਡੀਓ ਮੈਂ ਬਣਾ ਚੁੱਕਿਆ ਹਾਂ ਕਿ ਇਹ ਤੁਸੀਂ ਕਿਵੇਂ ਬਣਵਾਉਣਾ ਹੈ ਆਪਦਾ। ਜੋ ਰੈਸੀਡੈਂਸ ਸਰਟੀਫਿਕੇਟ ਹੈ ਉੱਪਰ ਆਈ ਬਟਨ 'ਤੇ ਤੁਹਾਨੂੰ ਸ਼ੋ ਕਰ ਰਿਹਾ ਹੋਵੇ, ਉੱਪਰ ਵੀਡੀਓ ਦੇ ਉੱਪਰ ਕਲਿੱਕ ਕਰੋ ਅਤੇ ਵੀਡੀਓ ਜੇ ਤੁਸੀਂ ਚਾਹੋ ਤਾਂ ਦੇਖ ਸਕਦੇ ਹੋ। ਇਸ ਤੋਂ ਬਾਅਦ ਆਪਾਂ ਨੂੰ ਏਜ ਪਰੂਫ ਦਾ ਸਬੂਤ ਚਾਹੀਦਾ, ਇਹ ਵੋਟਰ ਕਾਰਡ ਹੋ ਸਕਦਾ ਹੈ ਜਾਂ ਵੋਟਰ ਸੂਚੀ ਹੋਵੇ ਤੁਹਾਡੇ ਕੋਲ ਉਹ ਵੀ ਚੱਲ ਜੂ, ਜਾਂ ਆਪਣਾ 10ਵੀਂ ਦਾ ਸਰਟੀਫਿਕੇਟ। ਇਹ ਇਸ ਸਬੂਤ ਲਈ ਕਾਫੀ ਡਾਕੂਮੈਂਟ ਹਨ। ਅਤੇ ਇਸ ਤੋਂ ਬਾਅਦ ਐਪਲੀਕੇਸ਼ਨ ਫੋਰਮ, ਅਤੇ ਐਪਲੀਕੇਸ਼ਨ ਫੋਰਮ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਸੀਂ ਕਿਵੇਂ ਡਾਊਨਲੋਡ ਕਰਨਾ ਅਤੇ ਕਿੱਥੋਂ ਕਰਨਾ। ਅਤੇ ਦੋਸਤੋ ਹੁਣ ਆਪਾਂ ਮੇਨ ਗੱਲ 'ਤੇ ਆਉਂਦੇ ਹਾਂ ਕਿ ਤੁਸੀਂ ਤਾਂ ਇਸਦਾ ਆਫਲਾਈਨ ਫੋਰਮ ਕਿੱਥੋਂ ਡਾਊਨਲੋਡ ਅਤੇ ਕਿਵੇਂ ਭਰਨਾ ਹੈ। ਅਤੇ ਜਦੋਂ ਆਪਾਂ ਇਸ ਪੇਜ ਦੇ ਨੀਚੇ ਜਾਵਾਂਗੇ ਤਾਂ ਆਪਾਂ ਨੂੰ ਥੱਲੇ ਚਾਰ ਲਿੰਕ ਸ਼ੋ ਹੋਣਗੇ। ਆਪਾਂ ਦੇਖ ਸਕਦੇ ਹਾਂ ਕਿ ਇੱਥੇ ਇੱਕ ਡਾਊਨਲੋਡ ਫੋਰਮ ਅਤੇ ਸਰਵਿਸ ਅਤੇ ਸਕੀਮ ਚਾਰ ਬਟਨ ਆਪਣੇ ਉੱਤੇ, ਆਪਾਂ ਫੋਰਮ 'ਤੇ ਕਲਿੱਕ ਕਰ ਲਵਾਂਗੇ। ਅਤੇ ਫੋਰਮ ਦੋਸਤੋ ਫੋਰਮ 'ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਨੂੰ ਇੱਥੇ ਜੋ ਨੀਚੇ ਆਪਾਂ ਨੂੰ ਫੋਰਥ ਨੰਬਰ 'ਤੇ ਆਪਾਂ ਨੂੰ ਸੀਨੀਅਰ ਸਿਟੀਜ਼ਨ ਆਇਡੈਂਟੀ ਕਾਰਡ ਦੀ ਆਪਾਂ ਨੂੰ PDF ਫਾਈਲ ਆਪਾਂ ਇੱਥੋਂ ਡਾਊਨਲੋਡ ਕਰ ਲਵਾਂਗੇ ਫੋਰਮ ਦੀ। ਅਤੇ ਇਸ 'ਤੇ ਕਲਿੱਕ ਕਰਾਂਗੇ ਤਾਂ ਫੋਰਮ ਆਪਣੇ ਸਾਹਮਣੇ ਖੁੱਲ੍ਹ ਜਾਵੇਗਾ। ਅਤੇ ਇਸ ਵਿੱਚ ਨੋਰਮਲ ਡਿਟੇਲ ਆਪਾਂ ਨੂੰ ਦੱਸੀ ਗਈਆਂ ਹਨ, ਇਹਨਾਂ ਨੇ ਸਾਫ਼ ਸਾਫ਼ ਇੱਥੇ ਮੈਨਸ਼ਨ ਕੀਤਾ ਹੋਇਆ ਜਿਨ੍ਹਾਂ ਉੱਪਰ ਰੈੱਡ ਸਟਾਰ ਲੱਗਿਆ ਹੋਇਆ ਉਹ ਭਰਨੇ ਲਾਜ਼ਮੀ ਹਨ, ਉਹਨਾਂ ਨੂੰ ਆਪਾਂ ਛੱਡ ਨਹੀਂ ਸਕਦੇ। ਜਿਵੇਂ ਇੱਥੇ ਆਪਾਂ ਨੂੰ ਨਾਮ ਲਿਖਣਾ, ਜੈਂਡਰ ਲਿਖਣਾ, ਮੇਲ ਹੋ ਜਾਂ ਫੀਮੇਲ ਹੋ ਜਿਹਦੇ ਵਾਸਤੇ ਆਪਾਂ ਕਾਰਡ ਬਣਵਾ ਰਹੇ ਹਾਂ। ਅਤੇ ਇਸ ਤੋਂ ਬਾਅਦ ਆਪਾਂ ਨੂੰ ਜਨਮ ਸਥਾਨ ਅਤੇ ਫਾਦਰ ਨੇਮ, ਮਦਰ ਨੇਮ, ਐਡਰੈਸ, ਪਿੰਨ ਕੋਡ ਆਪਣੇ ਜਿਹੜੇ ਵੀ ਏਰੀਏ ਦਾ ਆਪਣਾ ਪਿੰਨ ਕੋਡ ਆਪਾਂ ਇੱਥੇ ਲਿਖ ਦਿਆਂਗੇ। ਇਸ ਤੋਂ ਬਾਅਦ ਆਪਣਾ ਡਿਸਟ੍ਰਿਕਟ ਜ਼ਿਲ੍ਹਾ ਜਿਹੜਾ ਵੀ ਆ, ਇਸ ਤੋਂ ਬਾਅਦ ਆਪਾਂ ਫੋਨ ਨੰਬਰ ਅਤੇ ਬਾਕੀ ਨੋਰਮਲ ਜੀ ਡਿਟੇਲ ਹੈ ਦੋਸਤੋ, ਨੋਰਮਲੀ ਆਪਾਂ ਪੜ੍ਹ ਸਕਦੇ ਹਾਂ। ਜੇ ਫਿਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਇਹ ਭਰਨ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਤੁਹਾਡੀ ਹੈਲਪ ਜ਼ਰੂਰ ਕਰੂੰਗਾ। ਅਤੇ ਸਾਡੇ ਨਾਲ ਬਣੇ ਰਹੋ ਅਤੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਲਿਆ ਕਰੋ। ਓਕੇ, ਥੈਂਕ ਯੂ ਦੋਸਤੋ।